ਸੱਚੀ ਗੱਲ ਸਾਰਿਆਂ ਨੂੰ ਆਈ ਹੋਪ ਕਿ ਮੋਸਟ ਆਫ ਦਾ ਸਟੂਡੈਂਟਸ ਜਿਹੜੇ ਕੈਨੇਡਾ ਦੇ ਵਿੱਚ ਆਉਂਦੇ ਨੇ ਉਹ ਡਿਫਰੈਂਟ ਡਿਫਰੈਂਟ ਕੋਰਸ ਸਿਲੈਕਟ ਕਰਕੇ ਆਉਂਦੇ ਨੇ ਤੇ ਇਹ ਓਬਵੀਅਸ ਦੀ ਗੱਲ ਹੈ ਤਾਂ ਹਰੇਕ ਕੋਲਜ ਦਾ ਸਟੂਡੈਂਟ ਨੂੰ ਲੈ ਕੇ ਡਿਫਰੈਂਟ ਡਿਫਰੈਂਟ ਕਨਸੈਪਟ ਹੁੰਦਾ ਹੈ ਮਤਲਬ ਕਿ ਤੁਸੀਂ ਅਸੈਸਮੈਂਟ ਕਿਵੇਂ ਕਰਨੀ ਹੈ ਕੋਰਸ ਦੀ ਇਆ ਫਿਰ ਤੁਹਾਨੂੰ ਕਿਹੜਾ ਪ੍ਰੋਫੈਸਰ ਟੀਚ ਕਰ ਰਿਹਾ ਹੈ ਜਾਂ ਫਿਰ ਕੋਰਸ ਦੀ ਇਵੈਲੂਏਸ਼ਨ ਕਿਵੇਂ ਹੁੰਦੀ ਹੈ ਗ੍ਰੇਡਸ ਕਿਵੇਂ ਦੇਖਦੇ ਨੇ ਪ੍ਰੀਫਰੈਂਸਸ ਕਿਵੇਂ ਦੇਖਨੇ ਨੇ ਉਹ ਹਰੇਕ ਕਾਲਜ ਦੀ ਅਲੱਗ-ਅਲੱਗ ਹੁੰਦੀ ਹੈ ਮੈਂ ਇਸ ਵੀਡੀਓ ਦੇ ਵਿੱਚ ਸਪੈਸੀਫਿਕਲੀ ਲੋਇਲਿਸਟ ਕਾਲਜ ਆਈਦਰ ਇਟ ਊਡ ਬੀ ਬੇਵਲੀ ਕੈਂਪਸ ਜਾਂ ਫਿਰ ਹੋਵੇ ਟ੍ਰੈਂਟੋ ਕੈਂਪਸ ਮੈਂ ਉਹਦੀ ਗੱਲ ਕਰਾਂਗਾ ਕਿ ਉਹ ਇੱਕ ਤਰ੍ਹਾਂ ਦੀ ਵੈਬਸਾਈਟ ਜਾਂ ਫਿਰ ਇੱਕ ਤਰ੍ਹਾਂ ਦੀ ਐਪਲੀਕੇਸ਼ਨ ਆਈਦਰ ਤੁਸੀਂ ਐਪ ਸਟੋਰ ਤੇ ਵੀ ਜਾ ਕੇ ਫਾਈਂਡ ਕਰ ਸਕਦੇ ਹੋ ਤੇ ਪਲੇ ਸਟੋਰ ਤੇ ਵੀ ਜਾ ਕੇ ਫਾਈਂਡ ਕਰ ਸਕਦੇ ਹੋ ਇੱਕ ਤਰ੍ਹਾਂ ਦੀ ਐਪਲੀਕੇਸ਼ਨ ਜਾਂ ਫਿਰ ਵੈਬਸਾਈਟ ਪ੍ਰੋਵਾਈਡ ਕਰਦੇ ਨੇ ਮੂਡਲ ਮੋਡਲ ਇੱਕ ਤਰ੍ਹਾਂ ਦਾ ਇੱਕ ਐਪ ਹੈ ਲਕਿ ਤੁਸੀਂ ਅਸੈਸਮੈਂਟ ਕਰ ਸਕਦੇ ਹੋ ਮਤਲਬ ਕਿ ਤੁਹਾਡੀ ਦੇਖ ਸਕਦੇ ਹਾਂ ਗ੍ਰੇਡਸ ਦੇਖ ਸਕਦੇ ਹੋ ਤੁਸੀਂ ਕੋਰਸ ਦੇਖ ਸਕਦੇ ਹੋ ਆਪਦੀ ਦੇਖ ਸਕਦੇ ਹੋ ਕਿ ਕਦੇ-ਕਦੇ ਤੁਹਾਨੂੰ ਐਮਸੀਕਿਊਜ਼ ਨੇ ਜਾਂ ਫਿਰ ਕਦੇ-ਕਦੇ ਕੋਦੋ ਤੁਹਾਡਾ ਟੈਸਟ ਹੈ ਤੁਸੀਂ ਇਸ ਵੀਡੀਓ ਦੇ ਥਰੂ ਉਸ ਨੂੰ ਤੁਸੀਂ ਦੇਖ ਸਕਦੇ ਹੋ ਵੀ ਤੁਸੀਂ ਵੈੱਬਸਾਈਟ ਨੂੰ ਯੂਜ਼ ਕਿਵੇਂ ਕਰਨਾ ਹੈ ਕਿਉਂਕਿ ਸਾਰਾ ਰਿਕਾਰਡਸ ਹੁੰਦਾ ਹੈ ਜਾਂ ਫਿਰ ਜੋ ਵੀ ਉਹਨਾਂ ਦੀ ਅਪਡੇਟਸ ਹੁੰਦੀਆਂ ਨੇ ਇਸ ਕਾਲਜ ਦੀਆਂ ਸਿਰਫ ਲੋਇਲਿਸ ਕਾਲਜ ਦੀ ਐਮਐਸ ਸਪੈਸੀਫਿਕਲੀ ਗੱਲ ਕਰ ਰਿਹਾ ਉਹਦੇ ਅਪਡੇਟਸ ਹੋਣ ਗਿਆ ਉਹਦਾ ਰਿਕਾਰਡਸ ਤੁਸੀਂ ਕਿਵੇਂ ਫਾਈਂਡ ਆਊਟ ਕਰ ਸਕਦੇ ਹੋ ਤੇ ਇਸ ਐਪਲੀਕੇਸ਼ਨ ਨੂੰ ਜਾਂ ਫਿਰ ਇਸ ਵੈਬਸਾਈਟ ਨੂੰ ਯੂਜ਼ ਕਿਵੇਂ ਕਰਨਾ ਹੈ ਤੁਸੀਂ ਇਸ ਵੀਡੀਓ ਦੇ थ्रू ਦੇਖ ਸਕਦੇ ਹੋ ਤੇ ਕਰਦੇ ਹਾਂ ਵੀਡੀਓ ਨੂੰ ਸਟਾਰਟ ਲੈਟਸ ਗੇਟ ਸਟਾਰਟਡ ओके ਜਿੱਦਾਂ ਤੁਸੀਂ ਹੁਣ ਦੇਖ ਸਕਦੇ ਹੋ ਕਿ ਕਿ ਮੈਂ ਸਕਰੀਨ ਤੇ ਆ ਚੁੱਕਾ ਹਾਂ ਦੇਸ ਤੋਂ ਬਾਅਦ ਆਇਜ਼ ਆਲਵੇਜ਼ ਕੀ ਕਰਨਾ ਤੁਸੀਂ ਗੂਗਲ ਕ੍ਰੋਮ ਤੇ ਜਾਣਾ ਹੈ ਗੂਗਲ ਕ੍ਰੋਮ ਤੇ ਜਾਣ ਤੋਂ ਬਾਅਦ ਤੁਸੀਂ ਪਰਣਾ ਹੈ ਟੀਬੀ ਕਾਲਜ ਮੋਡਲ ਦਿਸ ਇਜ਼ ਦਾ ਵੈਬਸਾਈਟ ਥੈਟ ਯੂ ਹੈਵ ਟੂ ਵਿਜ਼ਿਟ ਤੇ ਕਾਲਜ ਦੀ ਵੈਬਸਾਈਟ ਹੈ ਇਹ ਜਿਹੜੀ ਤੁਸੀਂ ਪ੍ਰੋਵਾਈਡ ਕਰ ਦਿੱਤੀ ਜਿਹਦੇ ਚ ਸਭ ਕੁਝ ਮੈਂਸ਼ਨ ਹੁੰਦਾ ਤਾਂ ਸਟਾਰਟਿੰਗ ਦੇ ਜੋ ਆ ਰਿਹਾ ਹੈ ਵੈਬਸਾਈਟ ਤੇ ਜੋ ਵਿਜ਼ਿਟ ਕਰਨੀ ਹੈ ਵਿਜ਼ਿਟ ਕਰਨ ਤੋਂ ਬਾਅਦ ਤੁਸੀਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਮੇਰਾ ਸਟੂਡੈਂਟ ਨੰਬਰ ਤੇ ਜੋ ਪਾਸਵਰਡ ਰਹੇਗਾ ਉਹ ਤੁਸੀਂ ਮੈਂਸ਼ਨ ਹੋਇਆ ਹੋਇਆ ਤੇ ਓਬਵੀਅਸਲੀ ਕਿ ਮੈਂ ਕਨਫਿਡੈਂਸ਼ੀਅਲ ਰੱਖਾਂਗਾ ਤੁਹਾਡਾ ਵੀ ਸਟੂਡੈਂਟ ਨੰਬਰ ਹੋਏਗਾ ਜੋ ਪਾਸਵਰਡ ਹੋਏਗਾ ਉਹ ਹੋਏਗਾ ਕਿ ਤੁਹਾਡਾ ਪਹਿਲਾ ਲੈਟਰ ਦੇ ਦੋ ਅੱਖਰ ਥੈਨ ਜੋ ਜਿਹੜੇ ਸਟੂਡੈਂਟ ਨੰਬਰ ਦੇ ਚਾਰ ਮਤਲਬ ਕਿ ਨੰਬਰਸ ਲਾਸਟ ਵਾਲੇ ਜਿੱਦਾਂ ਤੁਸੀਂ ਫਾਰਮੈਟ ਦੇ ਤੁਸੀਂ ਦੇਖ ਸਕਦੇ ਹੋ ਕਿ ਡਿਸਪਲੇ ਤੇ ਐਵੇਂ ਤੁਸੀਂ ਕਰਕੇ ਤੁਸੀਂ ਰਿਮੈਂਬਰ ਕਰਨਾ ਜੀ ਤੁਸੀਂ ਰਿਮੈਂਬਰ ਕਰ ਸਕਦੇ ਹੋ ਤਾਂ ਕਿ ਤਾਂ ਕਿ ਵਾਰ-ਵਾਰ ਤੁਹਾਨੂੰ ਪਰਨਾਨਾ ਫਿਲ ਆਊਟ ਨਾ ਕਰਨਾ ਪਵੇ ਤੁਸੀਂ ਲੌਗ ਇਨ ਕਰਨਾ ਹੈ ਲੌਗ ਇਨ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਦਿਸ ਇਜ਼ ਦਾ ਡੈਸ਼ਬੋਰਡ ਦਿਸ ਇਜ਼ ਦਾ ਇੰਟਰਫੇਸ ਜਿਹੜਾ ਤੁਹਾਨੂੰ ਦਿਖਾਏਗਾ ਤੇ ਜੋ ਇੱਥੇ ਹੈਗਾ ਡੈਸ਼ਬੋਰਡ ਦੇ ਉੱਪਰ ਇਹ ਸਾਰੇ ਮੇਨ ਅ ਅਪਡੇਟਸ ਨੇ ਜਿਹੜੇ ਕਿ ਹੁਣ ਇਹਨਾਂ ਨੇ ਕੀਤੇ ਨੇ ਇੱਕ ਕਲਾਸ ਰਿਪਰੈਜ਼ੈਂਟਡ ਵਿਦ ਲਿਸਟ ਹੈ ਇਹਨੂੰ ਜੇ ਖੋਲਾਂਗੇ ਤੁਸੀਂ ਦੇਖ ਸਕਦੇ ਹੋ ਕਿ ਹਰੇਕ ਕੋਰਸ ਦਾ ਹਰੇਕ ਰਿਪਰੈਜ਼ੈਂਟੇਟਿਵ ਹੋਏਗਾ ਤੇ ਇਹਨੇ ਪ੍ਰੋਗਰਾਮਸ ਨੇ ਇਹਨਾਂ ਦੇ ਈਮੇਲਸ ਨੇ ਮੈਂ ਈਮੇਲਸ ਹਾਈਡ ਕਰ ਰਿਹਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਨੇਮ ਵਿਦ ਦੇ ਪ੍ਰੋਗਰਾਮ ਡਿਟੇਲਸ ਦਿੱਤੇ ਹੋਏ ਨੇ ਕਿ ਇਹ ਕਿ ਕਲਾਸ ਦੇ ਰਿਪਰੈਜ਼ੈਂਟੇਟਿਵ ਨੇ ਇਹਨੂੰ ਕੱਟਣ ਤੋਂ ਬਾਅਦ ਤੁਸੀਂ ਦੇਖਦੇ ਸੈਕੰਡ ਥਿੰਗ ਇਜ਼ ਇਹ ਕਿ ਗਾਰਡ.ਮੀ ਕਰਕੇ ਇੱਕ ਤਰ੍ਹਾਂ ਦਾ ਇੰਸ਼ੋਰੈਂਸ ਉਹਨਾਂ ਇੰਟਰਨੈਸ਼ਨਲ ਇੰਸ਼ੋਰੈਂਸ ਉਸ ਤੋਂ ਬਾਅਦ ਇਹ ਹੈ ਟੈਕਸ ਰਸੀਪਟਸ ਦਿਸ ਵਨ ਇਜ਼ ਟੈਕਸ ਰਸੀਪਟਸ ਜਿਹੜੇ ਤੁਹਾਡੇ ਆ ਪੂਰੇ 100 ਹੋਣਗੇ ਤੁਸੀਂ ਬਾਅਦ ਵਿੱਚ ਐਂਡ ਦੇ ਆਪਾਂ ਤੁਸੀਂ ਫਿਲਡ ਆਊਟ ਕਰ ਸਕਦੇ ਹੋ ਟੈਕਸ ਵਗੈਰਾ ਇੱਥੇ ਫੀਸ ਦੀ ਡੈਡਲਾਈਨ ਵਗੈਰਾ ਵੀ ਹਾਂ ਵੀ ਤੁਹਾਨੂੰ ਫੀਸ ਕਰਦੋ ਤੁਸੀਂ ਇਥੇ ਅਪਲੋਡ ਕਰਨੀ ਹੈ देन ਇਸ ਤੋਂ ਬਾਅਦ ਆਈਡਿਟੀ ਕਾਰਡ ਆਈਡਿਟੀ ਕਾਰਡ ਬਹੁਤ ਮਸਤ ਤੁਸੀਂ ਤੁਸੀਂ ਜਰੂਰੀ ਈਸ਼ੂ ਕਰਵਾਓ ਤੁਸੀਂ ਇੱਥੇ ਆਉਂਗੇ ਬਿਕੋਜ਼ ਵਿਦਆਊਟ ਆਈਡਿਟੀ ਕਾਰਡ ਦੇ ਤੁਹਾਨੂੰ ਐਗਜ਼ਾਮ ਦੇ ਵਿੱਚ ਨਹੀਂ ਉਹ ਕੰਡਕਟ ਕਰਦੇ ਨੇ ਕੋਆਪ ਜੋਬ ਪੋਸਟਿੰਗਸ ਜੇ ਤੁਹਾਡੀ ਕੋਰਸ ਦੇ ਵਿੱਚ ਕੋਆਪ ਹੈਗੀ ਹੈ ਤਾਂ ਉਹਦੀ ਜੋਬ ਪੋਸਟਿੰਗਸ ਇੱਥੇ ਹੁੰਦੀਆਂ ਰਹਿੰਦੀਆਂ ਨੇ ਬਾਕੀ ਸਾਰਾ ਕੁਝ ਇਹਦਾ ਇੰਟਰਫੇਸ ਰਹਿ ਗਿਆ ओके okay, राइट साइड ਤੁਸੀਂ ਦੇਖ ਸਕਦੇ ਹੋ ਕਿ ਦਿਸ ਵਨ ਇਜ਼ ਅਸਾਈਨਮੈਂਟਸ ਜੋ ਇਹ ਨੇ ਅਸਾਈਨਮੈਂਟਸ ਇਹ ਅਸਾਈਨਮੈਂਟਸ ਮੈਂ ਅ ਹਜੇ ਅਪਲੋਡ ਕਰਨੀਆਂ ਨਹੀਂ ਐਸ ਅ ਗਰੁੱਪ ਯਾ ਫਰ ਐਸ ਇੰਡੀਵਿਜੂਅਲ ਉਸ ਤੋਂ ਥੱਲੇ ਤੁਸੀਂ ਦੇਖ ਸਕਦੇ ਹੋ ਕਿ ਦੀਜ਼ ਆਰ ਦਾ ਇੰਡੀਵਿਜੂਅਲਸ ਇਹ ਸਾਰੇ ਸਟੂਡੈਂਟਸ ਨੇ ਜਿਹਨ ਜਿਹੜੇ ਕੀ ਮੇਰੇ ਕਲਾਸ ਦੇ ਨਾਲ ਨੇ ਕਲਾਸ ਵਿੱਚ ਪੜ੍ਹਦੇ ਨੇ ਤੇ ਉਸ ਤੋਂ ਬਾਅਦ ਜਿਹਨੇ ਜਿਹਨੇ ਨੈਕਸਟ ਦੇ ਵਿੱਚ ਕੈਲੰਡਰ ਆ ਗਿਆ ਕੈਲੰਡਰ ਦੇ ਵਿੱਚ ਮੇਨ ਡੇਟਸ ਇਹਨਾਂ ਨੇ ਪਿਕ ਕੀਤੀਆਂ ਨੇ ਉਸ ਤੋਂ ਬਾਅਦ ਇਹਨਾਂ ਦਾ اٹੈਂਡੈਂਸ ਦਾ ਸੈਕਸ਼ਨ ਆ ਜਾਏਗਾ ਇਹ ਸਾਰਾ ਆ ਗਿਆ ਸੈਕਸ਼ਨ ਜਿਹੜੇ ਕਿ ਨਿਨੋ ਨਿਨੋ ਅਪਡੇਟਸ ਹੁੰਦੇ ਰਹਿੰਦੀਆਂ ਸਟਾਰਟਿੰਗ ਦੇ ਵਿੱਚ ਦੇਖਾਂਗੇ ਰੀਸੈਂਟ ਤੋਂ ਰੀਸੈਂਟ ਨੂੰ ਦੇਖਾਂਗੇ ਰੀਸੈਂਟ ਦੇ ਵਿੱਚ ਜੋ ਜੋ ਮੈਂ ਮੋਸਟਲੀ ਉੱਪਰ ਕੀਤੇ ਆਏ ਨੇ ਜੋ ਮੇਰੇ ਕਲਾਸਸ ਦਾ ਵਗੈਰਾ ਨੇ ਉਹਨੂੰ ਓਪਨ ਕੀਤੇ ਆਏ ਨੇ ਬਾਅਦ ਦੇ ਵਿੱਚ ਐਫ ਐਨਕਯੂ ਇਹ ਹੋਏਗਾ ਕੋਈ ਤੁਹਾਡੇ ਕੁਐਸਚਨਸ ਹੋਣ ਫ੍ਰੀਕੁਐਂਟਲੀ ਆਸਕ ਕੁਐਸਚਨਸ ਨੇ ਜਿਵੇਂ ਕਿ ਤੁਹਾਨੂੰ ਪੇਮੈਂਟ ਕਿਵੇਂ ਕਰ ਸਕਦੇ ਹੋ ਰਜਿਸਟ੍ਰੇਸ਼ਨ ਕਿਵੇਂ ਕਰ ਸਕਦੇ ਹੋ ਕੋਆਪਲੇਸਮੈਂਟ ਕਿਵੇਂ ਲੈ ਸਕਦੇ ਹੋ ਥੀਸ ਆਰ ਦਾ ਮਤਲਬ ਕਿ ਮੇਨਲੀ ਹੁੰਦੀਆਂ ਨੇ ਉਸ ਤੋਂ ਬਾਅਦ ਡੈਸ਼ਬੋਰਡ ਤੇ ਜਾਂਦੇ ਹਾਂ ਜਿਹੜੀ ਸ케ਡਿਊਲ ਸ케ਡਿਊਲ ਤੇ ਆਪਾਂ ਕਲਿੱਕ ਕਰਾਂਗੇ ਇਸ ਕੈਜੂਲ ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਜਿਹੜੇ ਕੋਰਸਸ ਨੇ ਉਹ ਸਾਰੇ ਇੱਥੇ ਲਿਸਟ ਕੀਤੇ ਹੁੰਦੇ ਨੇ ਇਹਨਾਂ ਨੇ ਅ ਡਿਫਰੈਂਟ ਡਿਫਰੈਂਟ ਕੋਰਸ ਜਿਹੜੇ ਕਿ ਅਵੇਲੇਬਲ ਦੇ ਕੈਂਪਸ ਦੇ ਵਿੱਚ ਨੇ ਜਾਂ ਫਿਰ ਜਿਹੜੇ ਕਿ ਟੋਰਾਂਟੋ ਕੈਂਪਸ ਦੇ ਵਿੱਚ ਨੇ ਇਸ ਸਪੈਸੀਫਿਕਲੀ ਟੋਰਾਂਟੋ ਕੈਂਪਸ ਦੇ ਲਈ ਨੇ ਜਿਹੜੇ ਜਿਹੜੇ ਇੱਥੇ ਕੋਰਸ ਕੰਡਕਟ ਕੀਤੇ ਗਏ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਬਿਜ਼ਨਸ ਦੇ ਵਿੱਚ ਟਰਮ ਜੋ ਟਰਮ ਵਾਈਜ਼ ਹੈ ਉਹ ਹੈਗਾ ਕਿ 4 ਸੈਮੈਸਟਰ 4 ਸੈਮੈਸਟਰ ਨੇ 4 ਸੈਮੈਸਟਰ ਨੇ 4 ਸੈਮੈਸਟਰ 16 ਸੈਮੈਸਟਰ ਹੋਗੇ ਸੋਰੀ 16 ਮੰਥਸ ਹੋਗੇ ਤੇ 4 ਸੈਮੈਸਟਰ ਹੋਗੇ ਹਰੇਕ ਹਰੇਕ ਸੈਮੈਸਟਰ 4 ਮੰਥ ਦਾ ਹੋਏਗਾ ਤੇ ਜੋ ਗਰੁੱਪ ਵਾਈਜ਼ ਡਿਵਾਈਡ ਕੀਤਾ ਹੈ ਗਰੁੱਪ ਵਾਈਜ਼ ਮਤਲਬ ਕਿ ਤੁਹਾਡੇ ਸ케ਜੂਲ ਹੋਏਗਾ ਮਤਲਬ ਕਿ ਗਰੁੱਪ A ਨੂੰ 1 ਨੂੰ ਕੀ ਮਿਲਦਾ ਹੈ ਕਿ ਮੰਡੇ ਟਿਊਜ਼ਡੇ ਵੈਡਨਸਡੇ ਇਹ ਗਰੁੱਪ 1 ਨੂੰ ਅਸਾਈਨ ਕੀਤਾ ਹੈ ਤਾਂ ਗਰੁੱਪ 2 ਨੂੰ ਉਹ ਜਿਹੜੇ ਰੈਸਟ ਆਫ ਰੈਸਟ ਆਫ ਦਾ ਮਤਲਬ ਕਿ ਉਹਨੇ ਡੇਜ਼ ਨੇ ਤੁਸੀਂ ਉਹ ਕਲਾਸਿਸ ਲੈ ਸਕਦੇ ਹੋ ਤਾਂ ਮਤਲਬ ਕਿ ਜੋ ਆਪ ਕਲਾਸਿਸ ਦੇ ਸ਼ਡਿਊਲ ਬਣੇ ਹੋਏ ਨੇ ਕਿਉਂਕਿ ਕਲਾਸਿਸ ਜਿਵੇਂ ਲਾ ਲੋ ਇੱਕ ਬੈਚ ਦੇ ਵਿੱਚ 400 ਬੱਚਾ ਹੈ ਤਾਂ ਉਹਨਾਂ ਵਾਸਤੇ ਗਰੁੱਪ A ਹੈ ਗਰੁੱਪ 1 ਹੈ ਤਾਂ ਗਰੁੱਪ 2 ਵਾਸਤੇ ਡਿਫਰੈਂਟ ਹੋਏਗਾ ਡਿਫਰੈਂਟ ਦਿਨ ਕਲਾਸਿਸ ਹੋਣਗੀਆਂ ਗਰੁੱਪ 3 ਵਾਸਤੇ ਡਿਫਰੈਂਟ ਦਿਨ ਕਲਾਸਿਸ ਹੋਣਗੀਆਂ ਇਹ ਟਰਮ ਦੇ ਵਿੱਚ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਜਿਹੜਾ ਜਿਨ੍ਹਾਂ ਦੇ ਟਰਮ 3 ਨੇ ਤਾਂ ਉਹਨਾਂ ਦੇ ਜਿਹੜੇ ਚੌਥਾ ਸੈਮੈਸਟਰ ਹੋਏਗਾ ਕੋਆਪਟ ਹੋਏਗਾ ਮੋਸਟਲੀ ਤਾਂ ਕੋਆਪਟ ਹੋਏਗਾ ਜਿਨ੍ਹਾਂ ਦਾ 1 ਐਂਡ 2 ਹੈ ਉਹਨਾਂ ਦੇ ਸੈਕੰਡ ਦੇ ਵਿੱਚ ਸ਼ੈਡਿਊਲ ਤੇ ਜਾਣ ਤੋਂ ਬਾਅਦ ਤੁਸੀਂ ਓਰੀਐਂਟੇਸ਼ਨ ਤੇ ਜਾਓਗੇ ਓਰੀਐਂਟੇਸ਼ਨ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਕਿ ਇਹ ਓਰੀਐਂਟੇਸ਼ਨ ਵਾਸਤੇ ਮੋਡਲ ਵਾਸਤੇ ਥੋੜੀ ਤੁਹਾਨੂੰ ਦੱਸਣਗੇ ਬਾਕੀ ਅਕੈਡਮਿਕ ਇਨਟੈਗ੍ਰਿਟੀ ਕੁਐਸਚਨਸ ਕਹਿੰਦਾ ਮਤਲਬ ਕਿ ਕਿਹੜੇ-ਕਿਹੜੇ ਰੂਲਸ ਆ ਤੁਸੀਂ ਧਿਆਨ ਰੱਖਣਾ ਉਹ ਹੋਏਗਾ ਉਹਦੀ ਵੀ ਵੀਡੀਓ ਵੀ ਸਪੈਸੀਫਿਕਲੀ ਉਹ ਪਾਰ ਕੀਤੀ ਉਹਨਾਂ ਨੇ ਤੁਸੀਂ ਦੇਖ ਸਕਦੇ ਕੀ ਕੀ ਜੋ ਵਿੰਟਰ ਦੇ ਰਿਗਾਰਡਿੰਗ ਹੋਏਗਾ ਜੋ ਜਨਵਰੀ ਦੇ ਵਿੱਚ ਕੀ ਕੀ ਹੋਏਗਾ ਉਹ ਸਾਰਾ ਕੁਝ ਦਿੱਤਾ ਹੈ ਵੀ ਕਿਹੜੇ ਕਿਹੜੇ ਦਿਨ ਕਲਾਸ ਲੱਗਣਗੀਆਂ ਕਿਹੜੇ ਦਿਨ ਕਲਾਸ ਨਹੀਂ ਲੱਗਣਗੀਆਂ ਇਹਨਾਂ ਨੇ ਜਨਵਰੀ ਤੋਂ ਦਿੱਤਾ ਹੈ ਜਿਹੜੇ ਹੁਣ ਮਈ ਦੇ ਵਿੱਚ ਆਣਗੇ ਜਾਂ ਫਿਰ ਸਤੰਬਰ ਦੇ ਵਿੱਚ ਆਣਗੇ ਉਹਨਾਂ ਦੇ ਵੀ ਇੱਥੋਂ ਸਟਾਰਟਿੰਗ ਦੇ ਵਿੱਚ ਹੋ ਜਾਏਗੀ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਮਈ ਦੇ ਵਿੱਚ ਸਪ੍ਰਿੰਗ 2023 ਦੇ ਵਿੱਚ ਸੈਟਰਡੇ ਤੋਂ ਲੈ ਕੇ ਇੱਥੇ ਤੱਕ ਉਹਨਾਂ ਨੇ ਡੈਡਲਾਈਨ ਦਿੱਤੀ ਹੁੰਦੀਆਂ ਨੇ ਠੀਕ ਹੈ ਜੀ ਇਸ ਤੋਂ ਬਾਅਦ ਹੁਣ ਸਟੂਡੈਂਟਸ ਤੇ ਜਾਵਾਂਗੇ ਸਟੂਡੈਂਟਸ ਦੇ ਵਿੱਚ ਆ ਤੁਹਾਡੇ ਕੋਲ ਦੇਖ ਸਕਦੇ ਹੋ ਕਿ ਇਹ ਸਾਰੇ ਪੋਰਟਲਸ ਨੇ ਡਿਫਰੈਂਟ ਡਿਫਰੈਂਟ ਪੋਰਟਲਸ ਨੇ ਤੇ ਆ ਮਾਈ ਲੋਇਲਿਸ ਪੋਰਟਲ ਤੁਸੀਂ ਇਥੋਂ ਐਕਸੈਸ ਕਰ ਸਕਦੇ ਹੋ ਆਪਣਾ ਮਾਈ ਲੋਇਲਿਸ ਪੋਰਟਲ ਤੇ ਜਿਵੇਂ ਤੁਹਾਨੂੰ ਮੈਂ ਪਹਿਲਾ ਵੀਡੀਓ ਚ ਦੱਸ ਦੱ ਚੁੱਕਾ ਤਾਂ ਇਹ ਵੀ ਤੁਸੀਂ ਐਕਸੈਸ ਕਰ ਸਕਦੇ ਹੋ ਜਿਹਦੇ ਚ ਤੁਸੀਂ ਫੀਸ ਵਗੈਰਾ ਦਾ ਦੇਖ ਸਕਦੇ ਹੋ ਇਸ ਪੋਰਟਲ ਨੂੰ ਓਪਨ ਕਰਕੇ ਤੁਸੀਂ ਆਪਣੀ ਫੀਸ ਵਗੈਰਾ ਦੇਖ ਸਕਦੇ ਹੋ ਦੈਨ ਆਪ ਕੋਤੀ ਜਾਵਾਂਗੇ ਦੁਬਾਰਾ ਡੈਸ਼ਬੋਰਡ ਤੇ ਆ ਜਾਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਦਿਸ ਵਨ ਇਜ਼ ਡੈਸ਼ਬੋਰਡ ਐਂਡ ਦਿਸ ਵਨ ਇਜ਼ ਸਾਈਟ ਹੋਮ ਤੇ ਕੈਲੰਡਰ ਕੈਲੰਡਰ ਦੇ ਵਿੱਚ ਕੀ ਹੋਏਗਾ ਕਿ ਤੁਸੀਂ ਕਿਹੜੇ ਕਿਹੜੇ ਪ੍ਰੋਗਰਾਮਸ ਲਏ ਤੇ ਇੱਕ ਹੀ ਵਸ ਪ੍ਰੋਗਰਾਮ ਲਿਆ ਹੋਇਆ ਹੈਗਾ ਤੇ ਉਸ ਦੇ ਵਿੱਚ ਜਿਵੇਂ ਹੁਣ ਮੇਰਾ ਜਨਵਰੀ ਦੇ ਵਿੱਚ ਸਟਾਰਟ ਹੋਇਆ ਸੀਗਾ ਤਾਂ ਉਹਦਿਆਂ ਜੋ اٹੈਂਡੈਂਸ ਵਗੈਰਾ ਨੇ ਉਹ ਕਦੇ-ਕਦੇ ਲੱਗਦੀ ਰਹੀਆਂ ਠੀਕ ਹੈ ਜੀ ਸਪੈਸਿਫਿਕ ਇੱਕ ਦਿਨ ਲੰਦੇ ਰਹੇ ਤੇ ਇਹਨਾਂ ਦੀ ਜੋ ਅਸਾਈਨਮੈਂਟਸ ਵਗੈਰਾ ਨੇ ਦੇਖਾ ਤੁਸੀਂ ਦੇਖ ਸਕਦੇ ਹੋ ਕਿ ਇਨ ਕਲਾਸ ਲੈਬਸ ਨਾਲ ਤੇ ਨੈਕਸਟ ਦੇ ਵਿੱਚ ਫੈਬਰੂਰੀ 2022 ਦੇ 23 ਦੇ ਵਿੱਚ ਕੀ ਕੀ ਕਰਾਇਆ ਇਹਨਾਂ ਨੇ ਸਾਰੀਆਂ ਲੈਬਸ ਵਗੈਰਾ ਨੇ ਕੋਈ اٹੈਂਡੈਂਸ ਵਗੈਰਾ ਨੇ ਤਾਂ ਜੋ ਹੁਣ ਚੱਲਦਾ ਪਿਆ ਜੀ ਮਾਰਚ ਪਗੜਾ ਚੱਲਦਾ ਪਿਆ ਤਾਂ ਉਹਦੇ ਚ ਜੋ ਐਮਸੀਕਿਊਜ਼ ਵਗੈਰਾ ਗ੍ਰਾਸ ਪ੍ਰੈਜੈਂਟੇਸ਼ਨਸ ਵਗੈਰਾ ਨੇ ਸਾਰਾ ਕੁਝ ਨੇ ਤੇ ਆ ਜਾ ਉਸ ਤੋਂ ਬਾਅਦ ਦਿਸ ਵਨ ਇਜ਼ ਪ੍ਰਾਈਵੇਟ ਫਾਈਲਸ ਤੁਸੀਂ ਆਪਦੀ ਫਾਈਲਸ ਰੱਖ ਸਕਦੇ ਹੋ ਮਤਲਬ ਕਿ ਜੇਕਰ ਤੁਹਾਨੂੰ ਮੰਨ ਕੇ ਚੱਲੋ ਕਿ ਤੁਹਾਡੇ ਕੋਲ ਲੈਪਟਾਪ ਕਾਲਜ ਦੇ ਵਿੱਚ ਨਹੀਂ ਹੈਗਾ ਤੁਸੀਂ ਆਪਦੀ ਫਾਈਲ ਇਥੇ ਅਪਲੋਡ ਕਰ ਦਿਓ ਦੈਨ ਆਪਦੇ ਕਾਲਜ ਦੇ ਵਿੱਚ ਐਕਸੈਸ ਕਰ ਲਓ ਦਿਸ ਇਜ਼ ਫॉर दैट ਨੈਕਸਟ ਆ ਗਿਆ ਮਾਈ ਕੋਰਸਸ ਦੇ ਵਿੱਚ ਤੁਸੀਂ ਦੇਖ ਸਕਦੇ ਇਹ ਕੋਰਸਸ ਤੁਹਾਡੇ ਕੋਲ ਹੋਣਗੇ ਜਿਵੇਂ ਮੇਰੇ ਕੋਰਸਸ ਦੇ ਵਿੱਚ ਅਲੱਗ-ਅਲੱਗ ਨੰਬਰਸ ਵਗੈਰਾ ਮੈਂਸ਼ਨ ਕਰਕੇ ਨੇ ਜਦੋਂ ਤੁਸੀਂ ਆਪਦਾ ਐਕਸੈਸ ਕਰੋਗੇ ਸ਼ਡਿਊਲ ਲਵੋਗੇ ਤਾਂ ਤੁਹਾਡੇ ਕੋਲ ਕੋਰਸ ਹੋਏਗਾ ਤਾਂ ਕੋਰਸ ਦੇ ਵਿੱਚ ਸੈਮੈਸਟਰ ਵਾਈਜ਼ ਉਹ ਕੋਰਸਸ ਹੋਣਗੇ ਤੇ ਉਹਨਾਂ ਦੇ ਨੰਬਰ ਸਾਈਨ ਕੀਤੇ ਹੋਣਗੇ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਆਪਾਂ ਸਟਾਰਟਿੰਗ ਵਿੱਚ ਦੇਖੀਏ ਦਿਸ ਇਜ਼ ਮਾਈ ਕੋਰਸ ਇਹ ਜਿਹੜਾ ਮੇਰੇ ਇੱਕ ਕੋਰਸ ਹੈ ਵਨ ਆਫ ਦਾ ਕੋਰਸਸ ਨੇ ਮੇਰੇ ਸੈਵਨ ਕੋਰਸਸ ਸੀ ਮੇਰੇ ਉਹਨਾਂ ਚੋਂ ਇੱਕ ਕੋਰਸ ਹੈ ਤਾਂ ਨੈਕਸਟ ਨੈਕਸਟ ਕਰਦੇ ਜਾਵਾਂਗੇ ਤੇ ਵੀਕ ਵਾਈਜ਼ ਇਹਨਾਂ ਨੇ ਦਿੱਤੀਆਂ ਹੁੰਦੀਆਂ ਨੇ ਵੀਕ ਵਾਈਜ਼ ਪੀਪੀਟੀ ਵਗੈਰਾ ਕਿਹੜੇ ਕਿਹੜੇ ਤੁਸੀਂ ਮਤਲਬ ਕਿ ਪਹਿਲੇ ਵੀਕ ਕੀ ਪੜ੍ਹਨਾ ਹੈ ਸੈਕੰਡ ਵੀਕ ਕੀ ਪੜ੍ਹਨਾ ਹੈ ਸਾਰਾ ਕੁਝ ਇਹਨਾਂ ਨੇ ਪ੍ਰੋਪਰ ਵੀਕ ਡਿਵਾਈਸ ਦਿੱਤਾ ਹੁੰਦਾ ਹੈ 15 ਵੀਕ ਹੋਣਗੇ ਹਰੇਕ ਕੋਰਸਸ ਦੇ ਵਿੱਚ ਹੋਣਗੇ ਜੇਕਰ ਮੈਂ ਉਥੇ ਜਾਵਾਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਲਗ ਲਗ ਕੋਰਸਸ ਦੇ ਵਿੱਚ ਹਰੇਕ ਦੇ ਵਿੱਚ 15-15 ਆ ਵੀਕਸ ਹੋਣਗੇ ਤੇ ਉਹਨਾਂ ਦੀ ਮਤਲਬ ਕੀ ਐਂਡ ਡੇਟ ਹੋਏਗੀ ਵੀ ਕਦੋਂ ਇਹਨਾਂ ਨੇ ਕੋਰਸ ਨੇ ਖਤਮ ਹੋਣਾ ਤਾਂ ਡੈਸ਼ਬੋਰਡ ਤੋਂ ਤੁਸੀਂ ਦੇਖ ਸਕਦੇ ਹੋ ਕਿ ਡੈਸ਼ਬੋਰਡ ਤੋਂ ਬਾਅਦ ਜੇਕਰ ਆਪਾਂ ਮੇਰੀ ਆਈਡੀ ਤੇ ਕਲਿੱਕ ਕਰਾਂ ਤਾਂ ਇੱਥੇ ਤੁਸੀਂ ਪ੍ਰੋਫਾਈਲ ਆ ਗ੍ਰੇਡਸ ਵਗੈਰਾ ਚੈੱਕ ਕਰ ਸਕਦੇ ਹੋ ਗ੍ਰੇਡਸ ਨੂੰ ਇੱਥੋਂ ਗ੍ਰੇਡਸ ਵਗੈਰਾ ਚੈੱਕ ਹੋ ਸਕਦੀਆਂ ਨੇ ਤੇ ਇਹ ਸਾਰਾ ਸਪੈਸੀਫਿਕਲੀ ਅਲੱਗ-ਅਲੱਗ ਆ ਕਮਿਊਨੀਕੇਸ਼ਨ ਦੀ ਜਾਂ ਫਿਰ ਜਿਹੜੇ ਜਿਹੜੇ ਕੋਰਸਸ ਹੈਗੇ ਨੇ ਉਨਨੰਦੇ ਗ੍ਰੇਡਸ ਤੁਸੀਂ ਚੈੱਕ ਕਰ ਸਕਦੇ ਹੋ ਦੈਨ ਉਸ ਤੋਂ ਬਾਅਦ ਤੁਸੀਂ ਕਿਸੇ ਨੂੰ ਪ੍ਰਾਈਵੇਟ ਮੈਸੇਜ ਕਰ ਸਕਦੇ ਹੋ ਕਿ ਜਿਹੜਾ ਸਟੂਡੈਂਟ ਤੁਹਾਡੇ ਨਾਲ ਮਤਲਬ ਕਿ ਉਸ ਸਪੈਸੀਫਿਕ ਕੋਰਸ ਦੇ ਵਿੱਚ ਪੜ੍ਹ ਰਹੇ ਨੇ ਤੁਸੀਂ ਉਹਦੇ ਮੈਸੇਜ ਵੀ ਕਰ ਸਕਦੇ ਹੋ ਦੈਨ ਉਸ ਤੋਂ ਬਾਅਦ ਤੁਸੀਂ ਪ੍ਰੀਫਰੈਂਸਸ ਤੇ ਜਾ ਕੇ ਆਪਦੀ ਸੈਟਿੰਗ ਵਗੈਰਾ ਕਰ ਸਕਦੇ ਹੋ ਕੋਈ ਪਬਲੀਕ ਕੋਈ ਤੁਹਾਨੂੰ ਲੱਗਦਾ ਹੈ ਕਿ ਬਲogs ਵਗੈਰਾ ਪਾਣੇ ਨੇ ਤੁਸੀਂ ਬਲogs ਵਗੈਰਾ ਪਾ ਸਕਦੇ ਹੋ ਸੋ ਇਹ ਸੀਗਾ ਜੀ ਇਹਦਾ ਜੋ ਇਸ ਵੈਬਸਾਈਟ ਕੇ ਮੈਸਸੇਸ ਕਰਨਾ ਤੁਸੀਂ ਆਪਦੀ ਮੋਬਾਈਲ ਤੇ ਵੀ ਯੂਜ਼ ਕਰ ਸਕਦੇ ਹੋ ਬਹੁਤ ਹੀ ਸਿੰਪਲ ਤੇ ਸੋਫਿਸਟੀਕੇਟਿਡ ਜਿਹੜੇ ਇਹਨਾਂ ਨੂੰ ਤੁਸੀਂ ਜ਼ਰੂਰ ਚਲਾਣਾ ਕਿਉਂਕਿ ਇੱਕ ਤਾਂ ਜੋ ਜਦੋਂ ਤੁਹਾਡੇ ਫੀਸ ਵਗੈਰਾ ਦਾ ਹੁੰਦਾ ਹੈ ਜਦੋਂ ਤੁਹਾਡੀ ਮੇਲ ਵਗੈਰਾ ਹੋਏਗੀ ਉਹ ਮਾਈਲੋਇਲਿਸਟ ਪੋਰਟਲ ਤੇ ਆਏਗੀ ਬਟ ਜੋ ਮੇਜਰਲੀ ਅਪਡੇਟਸ ਤੁਹਾਡੀ ਅਸਾਈਨਮੈਂਟਸ ਨੂੰ ਲੈ ਕੇ ਤੁਹਾਡੇ ਕੋਰਸ ਨੂੰ ਲੈ ਕੇ ਉਹ ਇਸ ਵੈਬਸਾਈਟ ਤੇ ਆਏਗਾ ਜੇ ਦੀ ਐਪਲੀਕੇਸ਼ਨ ਵੀ ਹੈਗੀ ਤੁਸੀਂ ਐਕਸੈਸ ਕਰ ਸਕਦੇ ਹੋ ਜੇਕਰ ਤੁਹਾਨੂੰ ਇਹ ਵੀਡੀਓ ਕੰਟੈਂਟ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਹਜੇ ਵੀ ਕੋਈ ਇਸ ਵੈਬਸਾਈਟ ਦੇ ਰਿਗਾਰਡਿੰਗ ਜਾਂ ਫਿਰ ਇਸ ਐਪਲੀਕੇਸ਼ਨ ਦੇ ਰਿਗਾਰਡਿੰਗ ਕੋਈ ਵੀ ਡਾਊ ਆਪਣੇ ਬਿਹਫ ਤੇ ਮੈਂ ਜ਼ਰੂਰ ਟਰਾਈ ਕਰਾਂਗਾ ਉਹਨੂੰ ਬੈਸਟ ਐਕਸਪਲੇਨ ਕਰਨ ਦੀ ਤਾਂ ਮਿਲਦੇ ਆਂ ਅਗਲੀ ਵੀਡੀਓ 'ਚ ਥੈਂਕਸ ਫॉर ਵਾਚਿੰਗ